ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦਾਸ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਕੁਛ ਐਸੀਆਂ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਉਹ ਜਲ ਦੇ ਨਾਲ ਹੈ, ਕਿ ਕਿਵੇਂ ਸਾਡੇ ਗੁਰੂ ਜੋ ਆਪ ਹੋਏ ਆ ਉਹਨਾਂ ਨੇ ਸੰਗਤਾਂ ਦੀ ਸਹੂਲਤ ਵਾਸਤੇ ਜਲ ਦੇ ਸਰੋਵਰ ਬਣਾਏ ਆ ਜਾਂ ਬੋਲੀਆਂ ਬਣਾਈਆਂ। ਵੀ ਬੜੀ ਮੁਸ਼ੱਕਤ ਦਾ ਕੰਮ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਮਸ਼ੀਨਰੀ ਕੰਮ ਨਹੀਂ ਸੀ ਹੁੰਦਾ, ਸਾਰੇ ਕੰਮ ਹੱਥੀਂ ਹੁੰਦੇ ਸੀਗੇ। ਅਤੇ ਇਸ ਕਰਕੇ ਜੇ ਹੱਥੀਂ ਕੰਮ ਹੁੰਦੇ ਸੀ ਬੜੇ ਮੁਸ਼ਕਲ ਹੁੰਦੇ ਸੀ, ਕਿਉਂਕਿ ਮਿੱਟੀ ਪੱਟਣੀ, ਕਹੀਆਂ ਦੇ ਨਾਲ ਸਿਰਾਂ ਦੇ ਉੱਤੇ ਟੋਕਰੇ ਚੱਕ ਕੇ ਬਾਹਰ ਸਿੱਟਣੇ, ਇਹ ਬੜਾ ਮੁਸ਼ੱਕਤ ਦਾ ਕੰਮ ਸੀ, ਬਹੁਤ ਜ਼ਿਆਦਾ ਮੁਸ਼ਕਲ ਸੀ। ਪਰ ਕਈ ਵਾਰੀ ਮੁਸ਼ਕਲ ਜ਼ਿਆਦਾ ਉਹ ਬਣ ਜਾਂਦੀ ਸੀ ਜਦੋਂ ਇਹਦੇ ਵਿੱਚ ਇੰਨੀਆਂ ਸਖਤ ਚਟਾਨਾਂ ਆ ਜਾਂਦੀਆਂ ਸੀ ਕਿ ਜਿਹਨਾਂ ਨੂੰ ਤੋੜਨਾ ਜੇ ਅਸੰਭਵ ਨਹੀਂ ਸੀ ਤਾਂ ਬਹੁਤ ਭਾਰਾ ਮੁਸ਼ਕਲ ਸੀਗਾ। ਜਿਵੇਂ ਗੁਰੂ ਅਮਰਦਾਸ ਤੀਸਰੀ ਪਾਤਸ਼ਾਹੀ ਮਹਾਰਾਜ ਜਦੋਂ ਬੋਲੀ ਬਣਾਉਂਦੇ ਸੀਗੇ ਅਤੇ ਬੋਲੀ ਬਣਾਉਂਦਿਆਂ ਥੱਲੇ ਇੱਕ ਕੜ ਆ ਗਿਆ, ਜਦੋਂ ਬਹੁਤ ਸਖਤ ਚਟਾਨ ਆਈ ਤਾਂ ਉਸ ਟਾਈਮ ਭਾਰਤ ਵਰਸ਼ ਦੇ ਜੋ ਰਾਜੇ ਸੀ ਜਿਨ੍ਹਾਂ ਦਾ ਨਾਂ ਸਮਰਾਟ ਅਕਬਰ ਕਰਕੇ ਆਪਾਂ ਜਾਣਦੇ ਹਾਂ, ਉਹ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਉਹਨਾਂ ਦਾ ਦੱਖਣ ਦੇ ਵਿੱਚ ਕਾਫੀ ਦੇਰ ਤੋਂ ਫੌਜਾਂ ਦਾ ਜੋ ਆਪਸੀ ਝਗੜਾ ਫਸਿਆ ਹੋਇਆ ਹੈ। ਅਤੇ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਵਚਨ ਦੇ ਦਿੱਤਾ ਸੀ ਕਿ ਜਿੱਦਣ ਸਾਡੀ ਬੋਲੀ ਦਾ ਕੜ ਪੱਟੇਗਾ ਅਤੇ ਉਦਣ ਤੁਹਾਡੀ ਫਤਿਹ ਹੋਊਗੀ। ਇਸੇ ਤਰ੍ਹਾਂ ਹੋਇਆ ਕਿ ਜਿੱਦਣ ਉਹ ਬੋਲੀ ਜਿਹੜੀ ਸੀ, ਜਦੋਂ ਉਹਦਾ ਜੋ ਸਖਤ ਚਟਾਨ ਸੀ ਜਦੋਂ ਉਹ ਆਪਣੇ ਆਪ ਫਟੀ, ਉਸ ਤੋਂ ਬਾਅਦ ਹੀ ਅਕਬਰ ਦੀ ਜਿਹੜੀ ਸੀ ਦੱਖਣ ਦੇ ਵਿੱਚ ਫਤਿਹ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਹੈ, ਇਸੇ ਤਰ੍ਹਾਂ ਹੀ ਹਰਿਮੰਦਰ ਸਾਹਿਬ ਦੀ ਘਟਨਾ ਦੇ ਵਿੱਚ ਜਦੋਂ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ, ਦਰਬਾਰ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਸੰਗਤਾਂ ਚੂਲੀ ਭਰਦੀਆਂ, ਉੱਥੇ ਦੱਸਦੇ ਕਿ ਇੱਕ ਬੜੀ ਹੀ ਸਖਤ ਚਟਾਨ ਆ ਗਈ ਸੀ। ਜਦ ਇਹ ਚਟਾਨ ਜਿਹੜੀ ਸੀ ਇਹ ਬਹੁਤ ਪਥਰੀਲੀ ਖੜ੍ਹੀ ਹੋਈ ਤਾਂ ਫਿਰ ਸਾਰੀ ਸੰਗਤ ਨੇ ਗੁਰੂ ਰਾਮਦਾਸ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਇੱਥੇ ਬੜੀ ਸਖਤ ਚਟਾਨ ਆ ਗਈ ਹੈ, ਦੱਸੋ ਹੁਣ ਕੀ ਕੀਤਾ ਜਾਵੇ, ਕੋਈ ਵੀ ਅਸੀਂ ਸਾਡਾ ਹਥਿਆਰ ਇੱਥੇ ਕਾਰਗਰ ਸਿੱਧ ਨਹੀਂ ਹੁੰਦਾ ਚਟਾਨ ਨੂੰ ਪੱਟਣ ਵਾਸਤੇ। ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਇਹ ਜਿਹੜੀ ਹੈ ਚਟਾਨ ਵਾਲਾ ਹਿੱਸਾ ਛੱਡ ਦਿਓ, ਬਾਕੀ ਦੂਸਰੇ ਪਾਸੋਂ ਸਰੋਵਰ ਦੀ ਖੁਦਾਈ ਜਿਹੜੀ ਹੈ ਸ਼ੁਰੂ ਕਰੋ। ਤਾਂ ਪਰ ਜਦ ਅਗਲੇ ਦਿਨ ਸਾਰੀ ਸੰਗਤਾਂ ਨੇ ਕੀ ਦੇਖਿਆ, ਮਹਾਂਪੁਰਖ ਦੱਸਦੇ ਹੈ ਕਿ ਉਹ ਚਟਾਨ ਉੱਥੋਂ ਗਾਇਬ ਸੀ, ਅਤੇ ਸਾਰੀ ਸੰਗਤ ਬੜੀ ਹੈਰਾਨ ਹੋਈ ਕਿ ਜਿਹੜੀ ਚਟਾਨ ਇੰਨੀ ਸਖਤ ਸੀ ਜਿਸ ਨੂੰ ਤੋੜਨ ਵਾਸਤੇ ਸੰਗਤਾਂ ਨੇ ਬੜੀ ਮਿਹਨਤ ਕੀਤੀ ਪਰ ਕਿਸੇ ਨੂੰ ਕਾਮਯਾਬੀ ਨਹੀਂ ਮਿਲੀ, ਇਹ ਚਟਾਨ ਅੱਜ ਇੱਥੋਂ ਗਾਇਬ ਹੈ, ਕਿੱਧਰ ਗਈ। ਤਾਂ ਫਿਰ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੇ ਦੱਸਿਆ ਸੀਗਾ ਵੀ ਇਹ ਜਿਹੜੀ ਚਟਾਨ ਸੀ ਇਹ ਦੇਵ ਲੋਕ ਚੱਲ ਗਈ ਹੈ, ਕਿਉਂਕਿ ਇਹਦੀ ਚਟਾਨ ਦੀ ਸੇਵਾ ਜਿਹੜੀ ਹੈ ਉਹ ਦੇਵਤਿਆਂ ਨੇ ਕੀਤੀ ਹੈ, ਅਤੇ ਦੇਵਤੇ ਜਿਹੜੇ ਹੈ ਇਹ ਚਟਾਨ ਪੱਟ ਕੇ ਆਪਣੇ ਦੇਵ ਲੋਕ ਵਿੱਚ ਲੈ ਗਏ ਹਨ, ਜਿੱਥੋਂ ਸੰਗਤਾਂ ਜਿਹੜੀਆਂ ਹੈ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੂਲੀ ਭਰਦੀਆਂ ਹਨ। ਸੋ ਕਹਿਣ ਤੋਂ ਭਾਵ ਇਹ ਹੈ ਕਿ ਕਈ ਘਟਨਾਵਾਂ ਐਸੀਆਂ ਇਤਿਹਾਸ ਦੇ ਵਿੱਚ ਆਈਆਂ ਕਿ ਜਿਹੜੀਆਂ ਬੜੀਆਂ ਹੈਰਾਨ ਕਰਨ ਵਾਲੀਆਂ ਹਨ। ਪਰ ਇੱਥੇ ਇੱਕ ਘਟਨਾ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੀ ਕਰਦਾ ਹੈ, ਜੋ ਇੱਥੇ ਨੰਗਲ ਖੁਰਦ ਦੇ ਪਿੰਡ ਦੀ ਹੈ। ਇਸ ਨੰਗਲ ਖੁਰਦ ਦੇ ਪਿੰਡ ਦੇ ਵਿੱਚ ਇੱਕ ਮਹਾਂਪੁਰਖਾਂ ਦਾ ਡੇਰਾ ਹੈ, ਅਤੇ ਉਹਨਾਂ ਦਾ ਨਾਮ ਸੀ ਸੰਤ ਬਾਬਾ ਦਵਿੰਦਰ ਸਿੰਘ ਜੀ। ਸੰਤ ਬਾਬਾ ਦਵਿੰਦਰ ਸਿੰਘ ਜੀ ਦਾ ਇੱਥੇ ਸੰਸਕਾਰ ਕੀਤਾ ਗਿਆ ਸੀਗਾ, ਅਤੇ ਇਹ ਅਸਥਾਨ ਬੜਾ ਹੀ ਚੜ੍ਹਦੀ ਕਲਾ ਵਾਲਾ ਸੀਗਾ। ਫਿਰ ਉਸ ਤੋਂ ਬਾਅਦ ਇਸ ਦੀ ਸੇਵਾ ਸੰਭਾਲ ਵਾਸਤੇ ਸੰਤ ਬਾਬਾ ਹਰਬੰਸ ਸਿੰਘ ਜੀ ਬੇਦੀ ਉਹਨਾਂ ਦੀ ਇਸ ਅਸਥਾਨ ਦੀ ਸੇਵਾ ਵਾਸਤੇ ਭੇਜਿਆ ਗਿਆ। ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਬੇਦੀ ਜਿਹੜੇ ਮਹਾਂਪੁਰਖ ਸੀ ਉਹ ਬਹੁਤ ਹੀ ਉੱਚ ਕੋਟੀ ਦੇ ਮਹਾਂਪੁਰਖ ਸੀਗੇ। ਦੱਸਦੇ ਆ ਕਿ ਇਹ ਜਿਹੜੇ ਮਹਾਂਪੁਰਖ ਸੀਗੇ ਇਹ ਹਰ ਵਕਤ 24 ਘੰਟੇ ਚੰਡੀ ਦਾ ਪਾਠ ਇਹ ਕਰਦੇ ਰਹਿੰਦੇ ਸੀਗੇ, ਅਤੇ ਇਹਨਾਂ ਨੇ ਬਹੁਤ ਪ੍ਰਾਣੀ ਨੂੰ ਅੰਮ੍ਰਿਤ ਵੀ ਛਕਾਇਆ ਖੰਡੇ ਬਾਟੇ ਦਾ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਜੋੜਿਆ। ਉਸ ਟਾਈਮ ਦੀ ਘਟਨਾ ਇੱਕ ਸਿੰਘ ਦਾਸ ਨੂੰ ਦੱਸਦੇ ਸੀ ਕਿ ਇਹ ਬਿਲਕੁਲ ਪ੍ਰਤੱਖ ਹੋਈ ਸੀ, ਜਦੋਂ ਸੰਤ ਬਾਬਾ ਹਰਬੰਸ ਸਿੰਘ ਹੁਣਾਂ ਨੇ ਉੱਥੇ ਇੱਕ ਡੇਰੇ ਦੇ ਵਾਸਤੇ ਇੱਕ ਖੂਹ ਬਣਾਇਆ, ਪਰ ਜਿਸ ਮਿਸਤਰੀ ਨੂੰ ਸੱਦਿਆ ਗਿਆ ਉਸ ਨੂੰ ਆਖਿਆ ਗਿਆ ਕਿ ਇਸ ਖੂਹ ਦੀ ਜਿਹੜੀ ਹੈ ਇਹ ਪਟਾਈ ਕਰਨੀ ਹੈ। ਤਾਂ ਫਿਰ ਉਹ ਮਿਸਤਰੀ ਕਹਿਣ ਲੱਗਾ ਕਿ ਇਹ ਜਿਹੜੀ ਜਗ੍ਹਾ ਹੈ ਇਹ ਬਹੁਤ ਜ਼ਿਆਦਾ ਪਥਰੀਲੀ ਹੈ, ਇੱਥੇ ਪਟਾਈ ਕਰਨੀ ਬਹੁਤ ਮੁਸ਼ਕਲ ਹੈ।
ਪਰ ਮਹਾਂਪੁਰਖ ਕਹਿਣ ਲੱਗੇ ਭਾਈ ਨਹੀਂ, ਇਹ ਮਹਾਂਪੁਰਖਾਂ ਦਾ ਸਥਾਨ ਹੈ, ਇੱਥੇ ਕੁਛ ਵੀ ਮੁਸ਼ਕਲ ਨਹੀਂ ਹੈ। ਤੁਸੀਂ ਆਪਣੀ ਪਟਾਈ ਆਰੰਭ ਕਰੋ, ਬਾਕੀ ਪੈਸੇ ਦਾ ਕੋਈ ਚਿੰਤਾ ਨਹੀਂ ਕਰਨੀ, ਜਿੰਨੇ ਵੀ ਮਾਇਆ ਦੀ ਜ਼ਰੂਰਤ ਹੋਊਗੀ ਅਸੀਂ ਤੁਹਾਨੂੰ ਦੇ ਦਿਆਂਗੇ। ਫਿਰ ਦੱਸਦੇ ਹੈ ਕਿ ਉਹ ਮਿਸਤਰੀ ਨੇ ਆਪਣੇ ਬਾਕੀ ਮਜ਼ਦੂਰ ਸਾਰੇ ਨਾਲ ਲੈ ਕੇ ਉਸ ਖੂਹੀ ਨੂੰ ਆਹਿਸਤਾ ਆਹਿਸਤਾ ਪੱਟਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪੱਟਦਿਆਂ ਪੱਟਦਿਆਂ ਬੜੀ ਤਕਨੀਕ ਦੇ ਨਾਲ ਕਾਫੀ ਸਮਾਂ ਲੰਘ ਗਿਆ, ਪਰ ਥੱਲੇ ਉਹਦੇ ਇੱਕ ਐਸੀ ਚਟਾਨ ਆਈ ਜਿਹੜੀ ਬੜੀ ਸਖਤ ਸੀਗੀ, ਜਾਂ ਇਉਂ ਕਹਿ ਲਓ ਕਿ ਇਹ ਕੰਮ ਜਿਹੜਾ ਸੀਗਾ ਬੜਾ ਅਸੰਭਵ ਜਿਹਾ ਜਾਪਦਾ ਸੀਗਾ। ਉਸ ਮਿਸਤਰੀ ਨੇ ਆ ਕੇ ਸੰਤ ਬਾਬਾ ਹਰਬੰਸ ਸਿੰਘ ਹੁਣਾਂ ਨੂੰ ਦੱਸਿਆ ਕਿ ਮਹਾਂਪੁਰਖੋ, ਥੱਲੇ ਇੱਕ ਬਹੁਤ ਹੀ ਪਥਰੀਲੀ ਚਟਾਨ ਆ ਗਈ ਹੈ, ਅਤੇ ਜਿਹੜੀ ਚਟਾਨ ਨੂੰ ਤੋੜਨਾ ਸਾਡੇ ਵਾਸਤੇ ਬਹੁਤ ਹੀ ਅਸੰਭਵ ਹੈ। ਅਤੇ ਮਹਾਂਪੁਰਖ ਕਹਿਣ ਲੱਗੇ, ਨਹੀਂ ਭਾਈ, ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਬੋਰ ਵਾਲੀ ਮਸ਼ੀਨ ਲੈ ਕੇ ਆਓ, ਅਤੇ ਇਹ ਜਿਹੜੀ ਚਟਾਨ ਸਖਤ ਹੈ ਇਹਦੇ ਉੱਤੇ ਇਸ ਤਰ੍ਹਾਂ ਬੋਰ ਕਰੋ ਤਾਂ ਜੋ ਚਟਾਨ ਦੇ ਵਿੱਚ ਸਰਾਖ ਹੋ ਜਾਵੇ। ਉਸ ਮਿਸਤਰੀ ਨੇ ਇਸੇ ਤਰ੍ਹਾਂ ਹੀ ਕੀਤੀ। 2-3 ਦਿਨ ਲੱਗੇ, ਪਰ ਜਿਹੜੀਆਂ ਬੋਰ ਦੀਆਂ ਜੋ ਬੋਰ ਵਾਲੀ ਬੋਕੀ ਸੀਗੀ, ਉਹ 2-3 ਬੋਕੀਆਂ ਜਿਹੜੀਆਂ ਸੀ ਉਹ ਬੈਂਡ ਹੋ ਗਈਆਂ ਥੱਲਿਓਂ, ਪਰ ਚਟਾਨ ਜਿਹੜੀ ਸੀ ਉਹਦੇ ਵਿੱਚ ਖੁੱਭਣਾ, ਇੰਨੀ ਚਟਾਨ ਸਖਤ ਸੀ। 3 ਦਿਨਾਂ ਤੋਂ ਬਾਅਦ ਉਹ ਮਿਸਤਰੀ ਨੇ ਫਿਰ ਹੱਥ ਖੜ੍ਹੇ ਕਰ ਦਿੱਤੇ ਅਤੇ ਸੰਤ ਬਾਬਾ ਹਰਬੰਸ ਸਿੰਘ ਬੇਦੀ ਵਾਲਿਆਂ ਨੂੰ ਕਹਿਣ ਲੱਗਾ ਕਿ ਮਹਾਂਪੁਰਖੋ, ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀਗਾ ਕਿ ਇਸ ਅਸਥਾਨ 'ਤੇ ਜਿਹੜਾ ਖੂਹ ਹੈ ਜਲ ਵਾਸਤੇ ਉਹ ਨਹੀਂ ਬਣ ਸਕਦਾ, ਕਿਉਂਕਿ ਜ਼ਮੀਨ ਬੜੀ ਪਥਰੀਲੀ ਆ। ਹੁਣ ਮੇਰੇ 3-4 ਦਿਨ ਮਸ਼ੀਨਾਂ ਲਿਆਉਣ ਦੇ ਉੱਤੇ ਵੀ ਇਸ ਜੋ ਸਖਤ ਚਟਾਨ ਥੱਲੇ ਆ ਗਈ ਆ ਇਹਦੇ ਉੱਤੇ ਬੋਰ ਨਹੀਂ ਚੱਲਦਾ, ਅਤੇ ਮੇਰੀਆਂ 3-4 ਬੋਕੀਆਂ ਥੱਲਿਓਂ ਬੈਂਡ ਹੋ ਗਈਆਂ ਅਤੇ ਇੰਨਾ ਭਾਰੀ ਨੁਕਸਾਨ ਹੋ ਗਿਆ। ਜਦੋਂ ਉਸ ਮਿਸਤਰੀ ਨੇ ਸੰਤ ਬਾਬਾ ਹਰਬੰਸ ਸਿੰਘ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਸੰਤ ਬਾਬਾ ਹਰਬੰਸ ਸਿੰਘ ਜੀ ਰੋਹ ਵਿੱਚ ਆ ਗਏ, ਤਾਂ ਆ ਕੇ ਉਸੇ ਟਾਈਮ ਹੀ ਉੱਠ ਕੇ ਮਿਸਤਰੀ ਨੂੰ ਕਹਿਣ ਲੱਗੇ, ਚੱਲ ਸਾਡੇ ਨਾਲ ਚੱਲ। ਜਦੋਂ ਮਿਸਤਰੀ ਸੰਤ ਬਾਬਾ ਹਰਬੰਸ ਸਿੰਘ ਉਹਨਾਂ ਦੇ ਨਾਲ ਖੂਹ ਵੱਲ ਨੂੰ ਗਏ, ਤਾਂ ਬਾਬਾ ਜੀ ਇਹ ਮੂੰਹ ਦੇ ਵਿੱਚ ਉੱਚੀ ਉੱਚੀ ਕਹੀ ਜਾਣ ਕਿ ਜੇ ਵਾਹਿਗੁਰੂ ਨਾਮਦੇਵ ਜੀ ਦਾ ਦੋਹਰਾ ਕਮਾ ਸਕਦਾ ਹੈ ਤਾਂ ਸਾਡਾ ਨਲਕਾ ਨਹੀਂ ਲਾ ਸਕਦਾ, ਜੇ ਨਾਮਦੇਵ ਜੀ ਦਾ ਵਾਹਿਗੁਰੂ ਦੋਹਰਾ ਕਮਾ ਸਕਦਾ ਸਾਡਾ ਨਲਕਾ ਨਹੀਂ ਲਾ ਸਕਦਾ। ਇਹ ਬਚਨ ਸੰਤ ਬਾਬਾ ਹਰਬੰਸ ਸਿੰਘ ਉਹਨਾਂ ਨੇ ਦੱਸਦੇ ਆ ਕਿ 3-4 ਵਾਰੀ ਕਹੇ, ਅਤੇ ਕਹਿੰਦੇ ਖੂਹ ਦੇ ਕੋਲ ਪਹੁੰਚ ਗਏ, ਤਾਂ ਮਿਸਤਰੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਹੁਣ ਤੂੰ ਆਪਣੀ ਮਸ਼ੀਨ ਦੇ ਨਾਲ ਇੱਥੇ ਬੋਰ ਕਰ। ਜਦੋਂ ਕਹਿੰਦੇ ਮਿਸਤਰੀ ਨੇ ਦੁਬਾਰਾ ਫਿਰ ਬੋਰ ਕੀਤਾ, 3-4 ਬੋਕੀਆਂ ਜਦੋਂ ਲਾਈਆਂ, ਉਹ ਬੋਕੀ ਜਿਹੜੀ ਸੀ ਜੜੀ ਲੱਗਦੀ ਸੀ ਉਹ ਚਟਾਨ ਦੇ ਨਾਲ ਖੜਕਾ ਕਰਕੇ ਫਿਰ ਉੱਪਰ ਨੂੰ ਆ ਜਾਂਦੀ ਸੀ, ਪਰ ਜਦ ਨਹੀਂ ਵੀ ਤੁਰੀ ਤਾਂ ਫਿਰ ਸੰਤ ਬਾਬਾ ਹਰਬੰਸ ਸਿੰਘ ਉਹਨਾਂ ਨੇ ਉਸੇ ਟਾਈਮ ਜਿਹੜਾ ਰੱਸਾ ਫੜ ਕੇ ਜਦੋਂ ਆਪ ਬੋਕੀ ਮਾਰੀ, ਕਹਿੰਦੇ ਜਿਉਂ ਹੀ ਬੋਕੀ ਮਾਰੀ ਉਹ ਬੋਕੀ ਜਿਹੜੀ ਸੀ ਉਹ ਸਾਰੀ ਚਟਾਨ ਨੂੰ ਪਾੜਦੀ ਹੋਈ ਗੜਗੜਗੜ ਕਰਦੀ ਥੱਲੇ ਚਲੇ ਗਈ ਪਾਣੀ ਦੇ ਵਿੱਚ। ਜਿਉਂ ਹੀ ਕਹਿੰਦੇ ਪਾਣੀ ਦੇ ਵਿੱਚ ਗਈ ਅਤੇ ਉਹਦੇ ਵਿੱਚ ਨਾਲ ਹੀ ਸਾਰਾ ਬੋਰ ਹੋ ਗਿਆ। ਕਹਿੰਦੇ ਇਹ ਸਾਰਾ ਕੌਤਕ ਜੋ ਸੀਗਾ ਇਹ ਬੜਾ ਅਚਰਜਮਈ ਹੋਇਆ ਕਿ ਇੰਨੀ ਭਾਰੀ ਸਖਤ ਚਟਾਨ ਉਹ ਆਪਣੇ ਆਪ ਹੀ ਕਿਵੇਂ ਬੋਕੀ ਨੂੰ ਵਿਹਲ ਦੇਗੀ, ਜਿਹਦੇ ਉੱਤੇ 3-4 ਬੋਕੀਆਂ ਪਹਿਲਾਂ ਜੋ ਮਿਸਤਰੀਆਂ ਨੇ ਲਾਈਆਂ ਸਨ ਉਹ ਵੈਂਡ ਹੋ ਚੁੱਕੀਆਂ ਸਨ, ਪਰ ਮਹਾਂਪੁਰਖਾਂ ਨੇ ਜਿਉਂ ਹੀ ਖੁਦ ਬਾਬਾ ਹਰਬੰਸ ਹੁਣਾਂ ਨੇ ਰੱਸਾ ਫੜ ਕੇ ਜਿਉਂ ਹੀ ਬੋਕੀ ਛੱਡੀ ਤਾਂ ਬੋਕੀ ਉਸ ਚਟਾਨ ਦੇ ਨਾਲ ਗੜਗੜ ਕਰਦੀ ਥੱਲੇ ਨੂੰ ਉਹ ਕੜ ਨੂੰ ਤੋੜਦੀ ਹੋਈ ਪੂਰੇ ਪਤਾਲ ਦੇ ਵਿੱਚ ਧੱਸ ਗਈ। ਸੋ ਅਜੇ ਵੀ ਉਸ ਜਗ੍ਹਾ ਦੇ ਉੱਤੇ ਮਹਾਂਪੁਰਖਾਂ ਨੇ ਖੂਹ ਦੇ ਵਿੱਚ ਬੋਰ ਕੀਤਾ ਹੋਇਆ ਜਿਹਦਾ ਸੀਤਲ ਜਲ ਸੰਗਤਾਂ ਲੰਗਰ ਵਾਸਤੇ ਬਣਾਉਂਦੀਆਂ ਹਨ। ਇਹ ਮਹਾਂਪੁਰਖਾਂ ਦੀ ਇੱਕ ਵਿਲੱਖਣ ਐਸੀ ਸੇਵਾ ਦੀ ਕਰਾ ਮਾਤ ਕਹਿ ਲਓ ਜਾਂ ਵਾਹਿਗੁਰੂ ਦਾ ਕਿਰਪਾ ਕਹਿ ਲਓ ਕਿ ਉਹ ਜਿਸ ਕੰਮ ਨੂੰ ਵੀ ਇਸ਼ਾਰਾ ਕਰਨ, ਕੋਈ ਵੀ ਐਸਾ ਕੰਮ ਨਹੀਂ ਹੈ ਜਿਹੜਾ ਮਹਾਂਪੁਰਖਾਂ ਦੀ ਨਜ਼ਰ ਦੇ ਵਿੱਚ ਅਸੰਭਵ ਹੋ ਜਾਂਦਾ, ਭਾਵ ਜਿਹੜਾ ਕੰਮ ਮਸ਼ੀਨਾਂ ਨਹੀਂ ਕਰ ਸਕਦੀਆਂ, ਕੋਈ ਬੰਦੇ ਦਾ ਦਿਮਾਗ ਤਕਨੀਕ ਕੋਈ ਨਹੀਂ ਕਰ ਸਕਦੀ, ਇਹ ਕੰਮ ਵਾਹਿਗੁਰੂ ਜਿਹੜੇ ਹੈਗੇ ਆਪਣੇ ਗੁਰੂ ਦੇ ਪਿਆਰਿਆਂ ਮਹਾਤਮਾ ਪੈਸੋਂ ਸਹਿਜ ਦੇ ਵਿੱਚ ਹੀ ਕਰਾ ਦਿੰਦੇ ਆ, ਜਾਂ ਐਂ ਕਹਿ ਲਓ ਕਿ ਉਹਨਾਂ ਦੀ ਵਡਿਆਈ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਗਟ ਕਰਨ ਵਾਸਤੇ ਉਹਨਾਂ ਦੇ ਹੱਥੋਂ ਇਹੋ ਜਿਹੇ ਅਸੰਭਵ ਕੰਮ ਕਰਾਉਂਦੇ ਆ, ਜਿਵੇਂ ਸੰਤ ਬਾਬਾ ਹਰਬੰਸ ਸਿੰਘ ਜੀ ਬੇਦੀ ਵਾਲਿਆਂ ਤੋਂ ਇਹ ਬੋਰ ਦਾ ਜੋ ਪਥਰੀਲਾ ਕੜ ਸੀਗਾ ਇੱਕੋ ਹੀ ਬੋਕੀ ਦੇ ਨਾਲ ਸਾਰਾ ਤੋੜ ਕੇ ਅਤੇ ਉੱਥੇ ਲੰਗਰ ਵਾਸਤੇ ਸਦਾ ਲਈ ਨਲਕਾ ਲਾ ਦਿੱਤਾ ਹੈ। ਸੋ ਇਹ ਮਹਾਂਪੁਰਖਾਂ ਦੀ ਵਡਿਆਈ ਹੈ ਕਾਰ ਸੇਵਾ ਵਾਲਿਆਂ ਦੀ, ਬਾਬਾ ਹਰਬੰਸ ਹੁਣਾਂ ਦੀ, ਜਿਹੜੇ 24 ਘੰਟੇ 8 ਪੈਰ ਚੰਡੀ ਦਾ ਪਾਠ ਕਰਦੇ ਰਹਿੰਦੇ ਸੀ ਅਤੇ ਚੰਡੀ ਦਾ ਹੀ ਸਰੂਪ ਹੋ ਗਏ ਸੀਗੇ, ਪਰ ਉਹਨਾਂ ਨੇ ਆਪਣੇ ਆਪ ਨੂੰ ਵੀ ਬਹੁਤ ਛੁਪਾ ਕੇ ਰੱਖਿਆ ਤਾਂ ਜੋ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਕਿਸੇ ਤਰ੍ਹਾਂ ਵੀ ਸਾਹਮਣੇ ਨਾ ਆ ਸਕਣ। ਇਹੋ ਹੀ ਮਹਾਂਪੁਰਖਾਂ ਦੀ ਅਸਲੀ ਨਿਸ਼ਾਨੀ ਹੁੰਦੀ ਹੈ। ਸੋ
ਇੰਨੀਆਂ ਬੇਨਤੀਆਂ ਕਰਦਾ ਹੋਏ। ਦਾਸ ਖੇਮਾ ਦੇ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।